biggest South Asian media group, Y Media. ਹਾਈਕੋਰਟ ਨੇ ਡੇਰਾ ਚੀਫ ਗੁਰਮੀਤ ਨੂੰ ਰਣਜੀਤ ਸਿੰਘ ਮਰਡਰ ਕੇਸ ਦੇ ਵਿੱਚ ਜਿਹੜਾ ਹੈਗਾ ਉਹ ਕਲੀਨ ਚਿੱਟ ਦੇ ਦਿੱਤੀ ਹੈਗੀ ਹੈ। ਅਸੀਂ ਦੱਸ ਦਈਏ ਕਿ ਪੰਜਾਬ ਔਰ ਹਰਿਆਣਾ ਕੋਰਟ ਦੇ ਵਿੱਚ ਜਦੋਂ ਇਹ ਮਾਮਲਾ ਪਹੁੰਚਿਆ, ਮਾਮਲਾ ਸੀਗਾ ਉਹਨਾਂ ਡੇਰਾ ਦੇ ਮੈਨੇਜਰ ਰਣਜੀਤ ਸਿੰਘ ਜਿਨ੍ਹਾਂ ਦਾ ਕਿ ਕਤਲ ਸੰਨ 2002 ਦੇ ਵਿੱਚ ਹੋਇਆ ਸੀਗਾ। ਇਸ ਮਾਮਲੇ ਦੇ ਵਿੱਚ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਅਕਤੂਬਰ 2021 ਦੇ ਵਿੱਚ ਉਮਰ ਕੈਦ ਦੀ ਸਜ਼ਾ ਗੁਰਮੀਤ ਡੇਰਾ ਚੀਫ ਗੁਰਮੀਤ ਨੂੰ ਸੁਣਾਈ ਸੀਗੀ। ਨਾਲ ਹੀ ਉਹਨਾਂ ਨੂੰ 31 ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਸੀਗਾ। ਲੇਕਿਨ ਇਸ ਮਾਮਲੇ ਦੇ ਵਿੱਚ ਹੁਣ ਹਾਈਕੋਰਟ ਵੱਲੋਂ ਕਲੀਨ ਚਿੱਟ ਮਿਲ ਗਈ ਹੈ। ਕਿਆ ਦੁਬਾਰਾ ਤੋਂ ਹੁਣ ਸੁਪਰੀਮ ਕੋਰਟ ਦੇ ਵਿੱਚ ਅਪੀਲ ਹੋਏਗੀ? ਹਾਈਕੋਰਟ ਦੇ ਵਿੱਚ ਕੀ ਹੋਇਆ ਨਹੀਂ ਹੋਇਆ ਇਹਦੇ ਉੱਤੇ ਅੱਗੇ ਚੱਲ ਕੇ ਡਿਟੇਲ ਰਿਪੋਰਟ ਤੁਹਾਡੇ ਲਈ ਪੇਸ਼ ਕਰਦੇ ਹਾਂ। ਬਿਗੇਸਟ ਸਾਊਥ ਏਸ਼ੀਅਨ ਮੀਡੀਆ ਗਰੁੱਪ, Y Media।